ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਨਵਜੋਤ ਸਿੰਘ ਜੱਖੂ। ਸੰਯੁਕਤ ਕਿਸਾਨ ਮੋਰਚਾ ਫਤਿਹ ਕਰਕੇ ਦਿੱਲੀ ਤੋਂ ਕਿਸਾਨ ਜਥੇਬੰਦੀਆਂ ਦਾ ਬਹਿਰਾਮ ਟੋਲ ਪਲਾਜ਼ਾ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਜਿੱਤ ਦੇ ਜਸ਼ਨ ਮਨਾਏ ਗਏ, ਭੰਗੜੇ ਪਾਏ ਗਏ ਅਤੇ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਗਏ। ਆਓ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ। ਜੋ ਵੀ ਸਾਡੇ ਇਲਾਕੇ ਤੋਂ ਸੰਗਤ ਦੂਰ ਦੇ ਪਿੰਡਾਂ ਤੋਂ ਚੱਲ ਕੇ ਆਈ ਆ, ਉਹਨਾਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਹਾਡੇ ਆਸਰੇ ਤੋਂ ਬਿਨਾਂ ਅਸੀਂ ਇਹ ਜੱਗ ਨਹੀਂ ਸੀ ਜਾ ਸਕਦੇ। ਕਿਉਂਕਿ ਸਾਨੂੰ ਅੱਜ ਇੱਥੇ ਬਹਿਰਾਮ ਟੋਲ ਪਲਾਜ਼ਾ 'ਤੇ 430 ਦਿਨ ਬੈਠਿਆਂ ਨੂੰ ਹੋ ਗਏ, ਜਿਹਦੇ ਵਿੱਚੋਂ ਮੁੱਖ ਰੋਲ ਮੇਰੇ ਨਾਲ ਮੇਰੇ ਛੋਟੇ ਵੀਰ ਹਰਮੇਲ ਸਿੰਘ ਜੀ, ਸਾਬਕਾ ਸਰਪੰਚ ਜੱਸੋ ਜਾਰਾ, ਜਿਨ੍ਹਾਂ ਦਾ ਦਿਨ ਰਾਤ ਦਾ ਇੱਥੇ ਧਰਨਾ ਸੀ। ਅਸੀਂ ਤਾਂ ਸਿਰਫ ਉਹਨਾਂ ਦੇ ਨਾਲ ਹੀ ਆਉਂਦੇ ਸੀ। ਪਰਮਜੀਤ ਸਿੰਘ ਜੀ, ਬਾਕੀ ਜਿਹੜੇ ਸਿੰਘ ਉੱਥੋਂ ਸਾਡੇ ਆਏ ਆ, ਔਰ ਜਿਹੜੇ ਸਿੰਘ ਸਾਡੇ ਉੱਥੋਂ ਮੋਰਚਾ ਜਿੱਤ ਕੇ ਆਏ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਾਡੇ ਇਲਾਕੇ ਨੇ ਸਾਡਾ ਬਹੁਤ ਹੀ ਡਟ ਕੇ ਸਾਥ ਦਿੱਤਾ। ਅਸੀਂ ਤੁਹਾਡੇ ਸਾਥ ਤੋਂ ਬਿਨਾਂ ਇੱਕ ਕਦਮ ਵੀ ਅੱਗੇ ਨਹੀਂ ਜਾ ਸਕਦੇ, ਕਿਉਂਕਿ ਇੱਕ ਬਾਕੀ ਪਰਮਾਤਮਾ ਦੀ ਦੇਣ ਆ। ਜੋ ਸਾਡਾ ਜਿਹੜਾ ਮੋਰਚਾ ਗੁਰੂ ਮਹਾਰਾਜ ਨੇ ਫਤਿਹ ਕੀਤਾ, ਅਸੀਂ ਉਹਦਾ ਸ਼ੁਕਰੀਆ ਅਦਾ ਕਰਨਾ। ਪਰਸੋਂ 14 ਤਰੀਕ ਨੂੰ ਮੰਗਲਵਾਰ ਵਜਦਾ ਅਸੀਂ ਇੱਥੇ ਸੁਖਮਣੀ ਸਾਹਿਬ ਦਾ ਪਾਠ ਕਰਾ ਕੇ ਮਹਾਰਾਜ ਜੀ ਦਾ ਸ਼ੁਕਰਾਨਾ ਕਰਨਾ। ਉਸ ਦੇ ਨਾਲ ਬਾਅਦ ਵਿੱਚ ਸਾਡੇ ਕੋਲ 3 ਢਾਡੀ ਜਥੇ, ਜਿਹੜੇ ਦੁਨੀਆਂ 'ਚ ਮਸ਼ਹੂਰ ਢਾਡੀ ਜਥੇ ਆ, ਉਹ ਇੱਥੇ ਦੀਵਾਨ ਲਾਉਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਪਰਸੋਂ ਮੰਗਲਵਾਰ ਵਾਲੇ 14 ਤਰੀਕ ਨੂੰ ਸਾਰੀ ਸੰਗਤ ਨੇ ਇਸੇ ਤਰ੍ਹਾਂ ਹੁੰਮ ਵਾ ਕੇ ਇੱਥੇ ਪਹੁੰਚਣਾ, ਤਾਂ ਕਿ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਜਿਸ ਨੇ ਸਾਨੂੰ ਇਸ ਮੋਰਚੇ ਵਿੱਚ ਜਿੱਤ ਦਵਾਈ ਹੈ। ਨਹੀਂ ਤਾਂ ਅਸੀਂ ਤਾਂ ਹਾਰ ਰੱਖਣ ਵਾਲੇ ਨਹੀਂ ਤਾਂ ਸੀਗੇ ਨਹੀਂ ਸੀ, ਪਰ ਜੋ ਦੁਨੀਆਂ ਨੇ ਸਾਡੇ ਦਾ ਸਾਥ ਦਿੱਤਾ, ਬਾਹਰਲੇ ਮੁਲਕਾਂ ਨੇ ਵੀ, ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਬਾਕੀ ਜਿਹੜਾ ਸਾਡਾ ਏਰੀਆ ਇਲਾਕਾ ਉਹ ਬਹੁਤੇ ਵਧੀਆ, ਉਹਨਾਂ ਨੇ ਸਾਨੂੰ ਸਾਥ ਦਿੱਤਾ ਮਾਇਆ ਵੱਲੋਂ ਵੀ, ਆਰਥਿਕ ਪੱਖੋਂ ਵੀ, ਜੇ ਬਾਕੀ ਤਨੋ ਮਨੋ ਧਨੋ ਸਭ ਸਾਡੀ ਸੇਵਾ ਕੀਤੀ ਹੈ। ਔਰ ਅਸੀਂ ਆਸ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਜਦੋਂ ਕਿਤੇ ਸਾਡੀ ਕਾਲ ਜਾਵੇ ਤਾਂ ਸਾਡਾ ਸਾਥ ਤੁਸੀਂ ਜ਼ਰੂਰ ਦਿਓਗੇ। ਇਲਾਕੇ ਦੀਆਂ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦਾ ਇੱਕ ਵਾਰ ਫਿਰ, ਸਾਡੀ ਜਿਹੜੀ ਇੱਥੇ ਦੀ ਮੈਨੇਜਮੈਂਟ ਕਮੇਟੀ ਆ, ਸਰਦਾਰ ਬਰਜਿੰਦਰ ਸਿੰਘ ਜੀ ਜੋ ਸਾਡੇ ਪ੍ਰਧਾਨ ਨੇ ਇੱਥੇ ਦੇ, ਸਰਦਾਰ ਹਰਮੇਲ ਸਿੰਘ ਜੀ, ਬਾਕੀ ਸਾਡੇ ਸੁਖਵਿੰਦਰ ਸਿੰਘ ਸੰਧਵਾ, ਇੱਕ ਭਾਈ ਸਤਾਰਾ ਸਿੰਘ ਸਾਡੇ ਸੰਧਵਾ ਤੋਂ, ਜਿਨ੍ਹਾਂ ਨੇ ਇੱਥੇ ਬਹੁਤ ਅਥੱਕ ਸੇਵਾ ਕੀਤੀ ਆ। ਅਸੀਂ ਸਾਰੇ ਦਰਜਾ ਬਦਰਜਾ ਜੋ ਵੀ ਸਾਡੇ ਕਿਸਾਨ ਵੀ ਨੌਜਵਾਨ ਬੱਚੇ ਸਾਡੇ ਇੱਥੇ ਪਹੁੰਚੇ ਆ, ਸਾਡਾ ਸਾਥ ਦਿੱਤਾ ਦਿੱਲੀ ਜਾ ਕੇ ਬਿਨਾਂ ਕਹਿਣ ਤੋਂ ਹੀ, ਉਹ ਸਾਡੇ ਨਾਲ ਸਾਥ ਦਿੰਦੇ ਸੀ। ਅਸੀਂ ਉਹਨਾਂ ਦਾ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਾਰ ਫਿਰ ਹੱਥ ਜੋੜ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਨਾਲ ਇਸ ਤਰ੍ਹਾਂ ਸਾਥ ਦਿੰਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ। ਇਸ ਪੰਜਾਬ ਦੀ ਧਰਤੀ ਦੇ ਨੌਜਵਾਨ ਵੀਰਾਂ ਦਾ, ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਕਿ ਹਮੇਸ਼ਾ ਹੀ ਜਿੱਤ ਦੇ ਵੱਲ ਕਦਮ ਪੁੱਟੇ ਹਨ। ਔਰ ਇਹ ਧਰਤੀ ਖੜਖੜ ਕਲਾਂ, ਜੋ ਕਿ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਸਥਾਨ ਜਿੱਥੇ ਹੋਇਆ, ਉਸ ਹੋਣ ਨਾਲ ਭਿੱਜੀ ਹੋਈ ਧਰਤੀ ਅੱਜ ਵੀ ਇਹ ਪੁਕਾਰ ਕਰ ਰਹੀ ਹੈ ਕਿ ਅਸੀਂ ਆਪਣਾ ਜਿੱਤ ਪ੍ਰਾਪਤ ਕਰਨੀ ਹੈ ਔਰ ਜਿੱਤ ਵੱਲ ਵਧਣਾ, ਪਿੱਛੇ ਕਦਮ ਨਹੀਂ ਹਟਾਉਣਾ, ਅੱਗੇ ਕਦਮ ਹਟਾਉਣਾ ਹੈ। ਸੋ ਪੰਜਾਬ ਦੀ ਧਰਤੀ, ਪੰਜਾਬ ਦਾ ਪਾਣੀ ਐਸਾ ਮਸ਼ਹੂਰ ਹੈ ਔਰ ਐਸੀ ਹੀ ਇਸ ਦੇ ਵਿੱਚ ਕੋਈ ਕੁਦਰਤ ਵੱਲੋਂ ਤਾਕਤ ਭਰੀ ਹੋਈ ਹੈ ਕਿ ਜੋ ਕਿ ਕਦੇ ਵੀ ਹਾਰ ਨਹੀਂ ਵਿਖਾਉਂਦੀ। ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਰੱਖੇ। ਮੈਂ ਕਿਸਾਨ ਮਜ਼ਦੂਰ ਏਕਤਾ ਦੇ ਸਰਬੱਤ ਕਰਮਚਾਰੀ ਸਭ ਅਧਿਕਾਰੀ ਸਭ ਲੀਡਰਾਂ ਨੂੰ, ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ।
यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।